सीसीटीवी में हां कमलदीप कौर अज दी वड्डी खबर बेइज्जती मामले नाल जुड़ी है। ਤੁਹਾਨੂੰ ਦੱਸਦੇ ਹਾਂ ਅੱਜ ਮੁੜ ਦੁਬਾਰਾ ਬੇਇੱਜ਼ਤੀ ਮਾਮਲੇ 'ਚ ਐਸਆਈਟੀ ਦੀ ਟੀਮ ਦਾ ਇੱਕ ਵੱਖਰਾ ਰੂਪ ਸਾਹਮਣੇ ਆ ਰਿਹਾ ਹੈ ਜੋ ਕਿ ਐਸਆਈਟੀ ਦੀ ਟੀਮ ਡੇਰਾ ਸਿਰਸਾ 'ਚ ਜਾਂਚ ਪੜਤਾਲ ਕਰਨ ਲਈ ਪਹੁੰਚ ਗਈ ਹੈ। ਇਸ ਦੌਰਾਨ ਡੇਰਾ ਪ੍ਰਬੰਧਕਾਂ ਯਾਨੀ ਡੇਰੇ ਸੱਚੇ ਸੌਦੇ ਦੀ ਮੈਨੇਜਮੈਂਟ ਟੀਮ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ 4 ਮੈਂਬਰੀ ਟੀਮ ਆਈਜੀ ਐਸਪੀਐਸ ਪਰਮਾਰ ਦੀ ਅਗਵਾਈ ਹੇਠ ਡੇਰਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਤੇ ਵਾਈਸ ਚੇਅਰਮੈਨ ਪੀਆਰ ਨੈਨ ਤੋਂ ਸਵਾਲ ਕੀਤੇ ਜਾਣਗੇ। ਜਦਕਿ 3 ਵਾਰ ਸਮਨ ਭੇਜਣ ਤੋਂ ਬਾਅਦ ਇਹ ਦੋਵੇਂ ਐਸਆਈਟੀ ਸਾਹਮਣੇ ਪੇਸ਼ ਨਹੀਂ ਹੋਏ ਸਨ ਤੇ ਬੀਤੇ ਦਿਨੀ ਜਦ ਐਸਆਈਟੀ ਦੀ ਟੀਮ ਡੇਰਾ ਪਹੁੰਚੀ ਸੀ ਉੱਥੇ ਉਹਨਾਂ ਦਾ ਵਕੀਲ ਨੇ ਸਪਸ਼ਟੀਕਰਨ ਦਿੱਤਾ ਤੇ ਕਿਹਾ ਵਿਪਾਸਨਾ ਇੰਸਾ ਤੇ ਪੀਆਰ ਨੈਨ ਦੀ ਤਬੀਅਤ ਠੀਕ ਨਾ ਹੋਣ ਕਾਰਨ ਡੇਰਾ ਨਹੀਂ ਆ ਰਹੇ ਨੇ, ਜਿਸ ਕਰਕੇ ਹੁਣ ਐਸਆਈਟੀ ਦੀ ਟੀਮ ਡੇਰੇ 'ਚ ਮੌਜੂਦ ਹੈ ਤੇ ਹੁਣ ਇਹਨਾਂ ਦੋਵਾਂ ਤੋਂ ਪੁੱਛਗਿੱਛ ਕੀਤੀ ਜਾਊਗੀ। ਇਸ ਮੌਕੇ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਿਹਾ ਹੈ ਕਿ ਪੀਆਰ ਨੈਨ ਤੋਂ ਪੁੱਛਗਿੱਛ ਕੀਤੀ ਜਾਊਗੀ ਜੋ ਕਿ ਪੀਆਰ ਨੈਨ ਪੁੱਛਗਿੱਛ 'ਚ ਸ਼ਾਮਲ ਹੋ ਰਹੇ ਨੇ। ਜਦਕਿ ਵਿਪਾਸਨਾ ਇੰਸਾ ਹਾਲੇ ਵੀ ਮੈਡੀਕਲ ਲੀਵ ਤੇ ਨੇ ਤੇ ਡੇਰੇ ਨਹੀਂ ਆ ਰਹੇ ਨੇ। ਇਸ ਤਰ੍ਹਾਂ ਪੰਜਾਬ ਦਾ ਮੁੱਖ ਮੁੱਦਾ ਬੇਅਦਬੀ ਹੈ ਜਿਸ ਤੇ ਜਨਤਾ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ ਤੇ ਕਿਆਸ ਲਗਾਏ ਜਾ ਰਹੇ ਨੇ ਕਿ ਅੱਜ ਪੁੱਛਗਿੱਛ ਤੋਂ ਬਾਅਦ ਕੋਈ ਵੱਡਾ ਦੋਸ਼ੀ ਕਰਾਰ ਹੋ ਸਕਦਾ ਹੈ। ਫਿਲਹਾਲ ਇਸ ਤਰ੍ਹਾਂ ਦੀ ਅਪਡੇਟ ਲੈ ਕੇ ਤੁਹਾਡੇ ਤੱਕ ਜ਼ਰੂਰ ਪਹੁੰਚਾਂਗੇ। ਬਣੇ ਰਹੋ ਚੱਕ ਟੀਵੀ ਦੇ ਨਾਲ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ। 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। 7 ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ, ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950